ਸ਼੍ਰੀ ਰਾਮ ਵਾਲਿਆਂ ਦੀ ਸਪਰਾਈਟ ਕੋਟਨ ਸਪਰੇਅ ਕੀਤੀ ਸੀ, ਜਿਹਦੇ ਕਰਕੇ ਕਿ ਇੱਕ ਤਾਂ ਟਿੰਡੇ ਦਾ ਇਕਾਰ ਬਹੁਤ ਵਧੀਆ ਹੈ, ਇੱਕ ਫੁੱਲ ਗੁੱਡੀ ਹੱਟ ਨੂੰ ਹੱਟ ਗਈ, ਇੱਕ ਨਰਮੇ ਦੀ ਰੰਗਤ ਚਮਕ ਦੇਖੋ ਬਹੁਤ ਸੋਹਣੀ ਹੈ। ਸਾਰੇ ਮੇਰੇ ਕਿਸਾਨ ਭਾਈਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਇੱਕ ਵਾਰ ਸ਼੍ਰੀ ਰਾਮ ਸਪਰਾਈਟ ਕੋਟਨ ਵਾਲਿਆਂ ਦੀ ਸਪਰੇਅ ਕਰਕੇ ਜ਼ਰੂਰ ਦੇਖੋ।